इतिहास सानू हमेशा कुछ ना कुछ सिखाउंदा है। उत्थे जेकर मैं खास तौर पर गल करा पंजाब दे इतिहास की, तो साढ़े पंजाब का इतिहास इन्ना गौरवमय है कि हर एक छोटे तो छोटा किस्सा भी अपने आप दे विच एक बहुत वड्डी कहानी है। एहो जिही ही एक कहानी तो साढ़े देश के महान शूरवीर शहीद करतार सिंह सराबा जी की जीवन गाथा साढ़े विचकार लैके आ रहे हैं पंजाबी राइटर ते डायरेक्टर कवि राज। पंजाबी फ्रेंड देख रहे हो तुसीं सिमरन दी साइड। इत्थे मैं जिक्र करन जा रही हाँ बहुत छेती रिलीज़ होने वाली पंजाबी फिल्म सराबा दे बारे। ਮੈਨੂੰ ਨਹੀਂ ਸੀ ਪਤਾ ਪੁੱਤ ਕਿ ਸਾਡੇ ਖੂਨ 'ਚ ਇੰਨੀ ਬਹਾਦਰੀ ਆ। ਜੋ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੀਵਨ ਗਾਥਾ ਹੈ। ਇਸ ਫਿਲਮ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਕਵੀ ਰਾਜ ਦੇ ਦੁਆਰਾ, ਅਤੇ ਫਿਲਮ 3 ਨਵੰਬਰ 2023 ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਹਦਾ ਟ੍ਰੇਲਰ ਆਊਟ ਹੋ ਚੁੱਕਾ ਹੈ। ਔਰ ਟ੍ਰੇਲਰ ਨੂੰ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਇਹ ਪਤਾ ਲੱਗੇਗਾ ਕਿ ਹਰ ਇੱਕ ਚੀਜ਼ ਦੇ ਉੱਤੇ ਬਹੁਤ ਹੀ ਬਰੀਕੀ ਨਾਲ ਕੰਮ ਕੀਤਾ ਗਿਆ, ਚਾਹੇ ਉਹ ਡਾਇਰੈਕਸ਼ਨ ਹੋਏ, ਲੁੱਕ ਡਿਜ਼ਾਈਨ ਕਰਨਾ ਹੋਏ, ਜਾਂ ਫਿਰ ਆਪਣੇ ਆਪ ਦੇ ਵਿੱਚ ਪੂਰੀ ਦੀ ਪੂਰੀ ਜੀਵਨ ਗਾਥਾ। ਫਿਲਮ ਦੇ ਵਿੱਚ ਜਪਤੇਜ ਸਿੰਘ ਮੇਨ ਲੀਡ ਰੋਲ ਪਲੇਅ ਕਰਦੇ ਹੋਏ ਨਜ਼ਰ ਆਉਣਗੇ, ਜੋ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕਿਰਦਾਰ ਨਿਭਾਉਣ ਵਾਲੇ ਨੇ। ਜੇਕਰ ਉਹਨਾਂ ਤੋਂ ਇਲਾਵਾ ਮੈਂ ਬਾਕੀ ਦੀ ਸਟਾਰਕਾਸਟ ਦੀ ਗੱਲ ਕਰਾਂ ਤਾਂ ਪੰਜਾਬੀ ਇੰਡਸਟਰੀ ਦੇ ਕੁਝ ਬਹੁਤ ਜਾਣੇ ਪਹਿਚਾਣੇ ਨਾਮ ਇਸ ਫਿਲਮ ਦਾ ਹਿੱਸਾ ਬਣਨ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਕਨਵਰ ਗਰੇਵਾਲ, ਜਸਬੀਰ ਜੱਸੀ, ਮਹਾਬੀਰ ਭੁੱਲਰ, ਮਲਕੀਤ ਰੌਣੀ ਅਤੇ ਅਮਨਮੀਤ ਵਰਗੇ ਚਿਹਰੇ ਸ਼ਾਮਿਲ ਨੇ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬਚਪਨ ਤੋਂ ਲੈ ਕੇ ਇੱਕ ਆਮ ਨਾਗਰਿਕ ਤੋਂ ਲੈ ਕੇ ਕ੍ਰਾਂਤੀਕਾਰੀ ਬਣਨ ਦਾ ਸਫ਼ਰ ਇਸ ਫਿਲਮ ਦੇ ਵਿੱਚ ਅਸੀਂ ਦੇਖਾਂਗੇ। ਇਸ ਤੋਂ ਇਲਾਵਾ ਗਦਰ ਲਹਿਰ ਦੇ ਵਿੱਚ ਉਹਨਾਂ ਦੇ ਨਾਲ ਜੁੜੇ ਹੋਏ ਹਰ ਇੱਕ ਵਿਅਕਤੀ ਦੇ ਜੀਵਨ ਦੀਆਂ ਕੁਰਬਾਨੀਆਂ ਨੂੰ ਦਿਖਾਉਂਦੀ ਹੋਈ ਇਹ ਫਿਲਮ ਇੱਕ ਵਾਰ ਫਿਰ ਤੋਂ ਤੁਹਾਨੂੰ ਉਹਨਾਂ ਸਮਿਆਂ ਦੇ ਵਿੱਚ ਲੈ ਜਾਏਗੀ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ, ਪਰ ਇਹਨਾਂ ਦੇਸ਼ ਪ੍ਰੇਮੀਆਂ ਦੇ ਦੁਆਰਾ ਹਰ ਰੋਜ਼ ਅਜਿਹੇ ਯਤਨ ਕੀਤੇ ਜਾ ਰਹੇ ਸਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦੀ ਦੀ ਹਵਾ ਦੇ ਵਿੱਚ ਸਾਹ ਲੈ ਸਕਣ। ਟ੍ਰੇਲਰ ਦੇ ਲਾਸਟ ਦੇ ਵਿੱਚ ਐਵਰਗ੍ਰੀਨ ਪੈਟਰੀਓਟਿਕ ਸੌਂਗ ਐਡ ਕੀਤਾ ਗਿਆ, ਹਿੰਦਵਾਸੀਓ ਰੱਖਣਾ ਯਾਦ ਸਾਨੂੰ, ਜੋ ਕਿ ਆਪਣੇ ਆਪ ਦੇ ਵਿੱਚ ਸਾਨੂੰ ਗੂਜ਼ਬੰਪਸ ਦਿੰਦਾ ਹੈ। ਕਵੀ ਰਾਜ ਦੀ ਇਸ ਪਹਿਲ ਦੀ ਹਰ ਪਾਸੇ ਸਰਾਹਨਾ ਕੀਤੀ ਜਾ ਰਹੀ ਹੈ। ਅਸੀਂ ਫਿਲਮ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਕਿ ਇੰਨਾ ਵਧੀਆ ਕੌਨਸੈਪਟ ਇੱਕ ਵਾਰ ਫਿਰ ਤੋਂ ਪੰਜਾਬੀ ਸਿਨੇਮਾ ਦਾ ਹਿੱਸਾ ਬਣਨ ਜਾ ਰਿਹਾ। ਵੈਲ, ਮੈਨੂੰ ਟ੍ਰੇਲਰ ਬਹੁਤ ਹੀ ਪਸੰਦ ਆਇਆ, ਤੁਹਾਨੂੰ ਇਹ ਟ੍ਰੇਲਰ ਕਿਹੋ ਜਿਹਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ 3 ਨਵੰਬਰ 2023 ਨੂੰ ਜਾ ਕੇ ਦੇਖਣਾ ਨਾ ਭੁੱਲਿਓ ਫਿਲਮ ਸਰਾਭਾ। ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ।